ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀਓ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ ਆਦਪੁਰਖ ਪਰਤਖ ਲਿਖਿਓ ਅੱਖਰ ਮਸਤਕ ਧਰ ਪ੍ਰਗਟ ਜੋਤ ਜਗ ਮਗੈ ਤੇਜ ਭੂਆ ਮੰਡਲ ਛਾਇਆ ਪਰਸ 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 ਗੁਰ ਗੁਰ ਕਹਾਇਓ ਭਨ ਮथुरा ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ ਪਾਠ ਹੈ ਸਤ ਰੂਪ ਸਤ ਨਾਮ ਇਥੇ ਵਿਸਰਾਮ ਸਤ ਸੰਤੋਖ ਧਰਿਓ ਉਰ ਬਾਕੀ ਪਾਠ ਇਦਾਂ ਹੈ ਅਗਲੀ ਪੰਕਤੀ ਆਦਪੁਰਖ ਪਰਤਖ ਇੱਥੇ ਵਿਸਰਾਮ ਲਿਖਿਓ ਅੱਖਰ ਜਿਹੜਾ ਲਿਖਿਓ ਪਾਠ ਹੈ ਖਖੇ ਦੇ ਪੈਰ ਚ ਯਏ ਦੀ ਆਵਾਜ਼ ਬਹੁਤ ਵਜਿ ਦੱਸਿਆ ਹੈ ਸਿਹਾਰੀ ਲੱਗਣੀ ਹੈ ਕਕੇ ਨੂੰ ਦੇ ਵਿੱਚੋਂ ਐੜੇ ਦੀ ਆਵਾਜ਼ ਆਉਣੀ ਹੈ ਲਿਖਿਓ ਅੱਖਰ ਇੱਥੇ ਜਮਕ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਇੱਥੇ ਵਿਸਰਾਮ ਤੇਜ ਇੱਥੇ ਜਮਕ ਭੂ ਬਬੇਦ ਲੈਂਕੜ ਐੜਾ ਮਕਤਾ ਹੈ ਇਹਨੂੰ ਕਈ ਪਾਠੀ ਭੂ ਪੜ ਜਾਂਦੇ ਹਨ ਐੜਾ ਛੱਡ ਜਾਂਦੇ ਨੇ ਇਸ ਕਰਕੇ ਐੜਾ ਜਿਹੜਾ ਹੈ ਨਾਲ ਬੋਲਣਾ ਹੈ ਭੂ ਮੰਡਲ ਛਾਇਆਓ ਪਰਸ ਪਰਸ ਇੱਥੇ ਜਮਕ ਪਰਸ ਪਰਸ ਇੱਥੇ ਵਿਸਰਾਮ ਗੁਰ ਗੁਰ ਕਹਾਯੋ ਭਾਨ ਮथुरा ਮੂਰਤ ਸਦਾ ਥਿਰ ਇੱਥੇ ਵਿਸਰਾਮ ਲਾਏ ਚਿਤ ਸੰਮੁਖ ਰਹਿੋ ਅਗਲੀ ਪੰਕਤੀ ਵਿੱਚ ਕਾਲੇ ਜੁਗ ਜਹਾਜ ਇੱਥੇ ਜਮਕ ਅਰਜੁਨ ਗੁਰੂ ਇੱਥੇ ਵਿਸਰਾਮ ਸਗਲ ਸ੍ਰਿਸ਼ਟ ਲਗ ਬੇਤਰ ਹੋ ਇਹ ਬਬੇ ਸਿਹਾਰੀ ਤਤਾ ਰਾਰਾ ਹਾ ਹਾਂਕੜ ਹੈ ਇਹਨੂੰ ਬੇਤਰ ਹੋ ਨਹੀਂ ਕਹਿ ਦੇਣਾ ਬੱਬਾ ਜੋ ਹੈ ਸਿਹਾਰੀ ਦੇ ਸਮੇਤ ਇਸਬੰਧਕ ਕਰਕੇ ਬੋਲਣਾ ਹੈ ਬੇਤਰ ਹੋ ਤਿਹ ਜਨ ਜਾਤ ਚ ਹੋ ਜਗਤਰ ਪਰ ਜਾਨੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਓ ਪਰਮ ਅਤੀਤ ਪਰਮੇਸ਼ੁਰ ਕੈ ਰੰਗ ਰੰਗਿ ਆਓ ਬਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਓ ਅਪਰ ਪਰੰਪਰਿ ਪੁਰਖ ਸਿਓ ਪ੍ਰੇਮ ਲਾਗਿ ਆਓ ਬਿਨ ਭਗਵੰਤ ਰਸ ਨਾਹੀ ਔਰ ਕਾਮ ਸਿਓ ਮथुरा ਕੋ ਪ੍ਰਭ ਸ੍ਰਬ ਮੈਂ ਅਰਜੁਨ ਗੁਰ ਭਗਤ ਕੈ ਹੇਤ ਪਾਇ ਰਹੋ ਮਿਲ RAM ਸਿਓ ਤੇਹ ਜਨ ਜੱਜ ਹੋ ਇਥੇ ਜਮਕ ਜਗਤਰ ਪਰ ਜਾਨੀਤ ਇਥੇ ਵੇਸ RAM ਬਾਸੁਰ ਔਂਕੜ ਦੀ ਆਵਾਜ਼ ਹੈ ਸਸੇ ਦੀ ਇਹ ਵੀ ਦੇਣੀ ਹੈ ਰਾਰਾ ਯਯਾ ਨੰਨੇ ਸਿਹਾਰੀ ਬਹੁਤ ਵਾਰੀ ਦੱਸਿਆ ਹੈ ਰਾਰੇ ਦੇ ਨਾਲ ਲੱਗਾ ਹੋਇਆ ਯਯਾ ਦਲਾਵਾਂ ਦੀ ਆਵਾਜ਼ ਦੇਵੇਗਾ ਰੈਨ ਬਾਸ ਬਾਸੁਰ ਰੈਨ ਬਾਸ ਇਥੇ ਜਮਕ ਜਾ ਕੋ ਹਿਤ ਨਾਮ ਸਿਓ ਇਸ ਤਰ੍ਹਾਂ ਇਹ ਵਖਰੇ ਵਖਰੇ ਨੇ ਜਾ ਕੋ ਅਗਲੀ ਪੰਕਤੀ ਪਰਮ ਅਤੀਤ ਇੱਥੇ ਜਮਕ ਪਰਮੇਸ਼ਰ ਕੈ ਰੰਗ ਰੰਗਿਆਓ ਇਹ ਰਾਦੇ ਦੀ ਟਿੱਪੀ ਗੱਗੇ ਦੇ ਪੈਰ ਦੇ ਵਿੱਚ ਅੱਦਾ ਯਈਆ ਤੇ ਕਨੌੜਾ ਹੈ ਇਹਦੀ ਆਵਾਜ਼ ਦੇਣੀ ਹੈ ਰਾਰੇ ਟਿੱਪੀ ਗੱਗੇ ਸਿਹਾਰੀ ਐੜਾ ਊੜੇ ਔਂਕੜ ਰੰਗਿਆਓ ਇੱਥੇ ਵਿਸਰਾਮ ਬਾਸਨਾ ਤੇ ਬਾਹਰ ਇੱਥੇ ਜਮਕ ਪੈ ਦੇਖੀਅਤ ਧਾਮ ਸਿਓ ਇਹੜੇ ਪਾਠ ਅਖੀਰ ਵਿੱਚ ਹਨ ਸਿਓ ਇਹਨੂੰ ਨਾ ਤਾਂ ਬਿੰਦੀ ਲਾਉਣੀ ਹੈ ਬੜੇ ਵਿਦਵਾਨ ਤੇ ਪਾਠੀ ਵੇਖੇ ਨੇ ਸੰਥਿਆਲੇ ਵੀ ਉਹ ਬਿੰਦੀ ਲਾ ਦਿੰਦੇ ਨੇ ਕੋਲਈ ਸਿਓ ਗਲਤ ਹੈ ਜਾਂ ਲੰਮਾ ਪੜ ਦੇਣਗੇ ਸਿਓ ਇਸ ਤਰ੍ਹਾਂ ਲੰਮੀ ਆਵਾਜ਼ ਵੀ ਨਹੀਂ ਦੇਣੀ ਫਿਰ ਊੜੇ ਖੁੱਲੇ ਮੂੰਹ ਵਾਲੇ ਦੀ ਆਵਾਜ਼ ਨਿਕਲਦੀ ਹੈ ਘੋੜੇ ਦੀ ਇਸ ਕਰਕੇ ਊੜਾ ਬੰਦ ਮੂੰਹ ਵਾਲਾ ਹੈ ਤੇ ਔਂਕੜ ਹੈ ਇਹਦੀ ਆਵਾਜ਼ ਹਮੇਸ਼ਾ ਥੋੜੀ ਹੁੰਦੀ ਹੈ ਸਿਓ ਸਿਰਫ ਇੰਨੀ ਆਵਾਜ਼ ਹੈ ਜਿਆਦਾ ਲੰਮੀਆਂ ਹੇਕਾਂ ਲਾਉਣੀਆਂ ਬਾਂਗਾ ਦੇਣੀਆਂ ਇਹ ਸੰਥਿਆ ਵਾਲਾ ਪਾਠ ਨਹੀਂ ਹੁੰਦਾ ਇਹ ਜ਼ਰੂਰ ਖਿਆਲ ਰੱਖਣਾ ਹੈ ਅਪਰ ਪਰੰਪਰ ਪੁਰਖ ਸਿਓ ਪ੍ਰੇਮ ਲਾਗਿ ਆਓ ਇਸੇ ਤਰ੍ਹਾਂ ਜਿਵੇਂ ਰੰਗਿਆਉ ਪੜਿਆ ਸੀ ਲੱਲੇ ਕੰਨਾ ਗੱਗੇ ਸਿਹਾਰੀ ਐੜਾ ਊੜਾ ਔਂਕੜ ਲਾਗਿ ਆਓ ਇੱਥੇ ਵਿਸਰਾਮ ਬਾਕੀ ਪਾਠ ਹੁੰਦਾ ਹੈ ਮथुरा ਕੋ ਪ੍ਰਭ ਥੱਤੇ ਦੇ ਔਂਕੜ ਦੀ ਆਵਾਜ਼ ਹੈ ਮथुरा ਪ੍ਰਭ ਦੇ ਉੱਤੇ ਜਮਕ ਅਗਲਾ ਪਾਠ ਹੈ ਸਰਬ ਇਹਨੂੰ ਸਰਬ ਨਹੀਂ ਪੜਨਾ ਸਰਬ ਪੜਨਾ ਹੈ ਕਿਉਂਕਿ ਪੈਰ ਚਰਾਰਾ ਹੈ ਮੈਂ ਮੰਮਾ ਯੇਏ ਦੀ ਆਵਾਜ਼ ਦਲਾਵਾਂ ਦੀ ਆਵਾਜ਼ ਆਵੇਗੀ ਮੰਮੇ ਉੱਪਰ ਸਰਬ ਮੈਂ ਅਰਜੁਨ ਗੁਰ ਗੁਰਦੇਵ ਤੇ ਵਿਸਰਾਮ ਭਗਤ ਕਾ ਹੇਤ ਪਾਏ ਇੱਥੇ ਜਮਕ ਰਹਿਓ ਮਿਲ ਰਾਮ ਸਿਓ ਅੰਤ ਨਾ ਪਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਪੰਨਾ ਬੇਦੇ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾੜਿ ਆਓ ਏਕ ਘਰੀ ਮਥੁਰਾਗ ਜਨਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ RAMDAS GURU ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹ ਧਰੀ ਅੰਤ ਇਤ ਜਮਕ ਨਾ ਪਾਵਤ ਦੇਵ ਸਬੈ ਮਨ ਸਬੈ ਪਾਠ ਬਬੇ ਨਾ ਭੁਲਾ ਹੈ ਮਨ ਦੇ ਉਤੇ ਵਿਸਰਾਮ ਇੰਦਰ ਇਹ ਜਲਦੀ ਨਾ ਪੜਨਾ ਹੈ ਕਿਉਂਕਿ ਦੱਦੇ ਦੇ ਪੈਰ ਚ ਰਾਰਾ ਹੈ ਮਹਾ ਸ਼ਿਵ ਜੋਗ ਕਰੀ ਫੋਨਾ ਬੇਦ ਬਿਰੰਚ ਵਿਚਾਰ ਰਹਿਓ ਇਥੇ ਵਿਸਰਾਮ ਹਰ ਜਾਪ ਇਥੇ ਜਮਕ ਨੰਨਾ ਮੁਕਤਾ ਹੈ ਨਾ ਛਾਡਿ ਆਓ ਇਸੇ ਤਰ੍ਹਾਂ ਡੱਡੇ ਦੇ ਪੈਰ ਚ ਅੱਧਾ ਯਈਆ ਹੈ ਐੜ ਦੀ ਆਵਾਜ਼ ਆਵੇਗੀ ਏਕ ਕਰੀ ਮथुरा ਜਨਕੋ ਪ੍ਰਭ ਦੀਨ ਦਇਆਲ ਹੈ ਇਥੇ ਵਿਸਰਾਮ ਬਾਕੀ ਪਾਠ ਹੁਦਾਂ ਹੀ ਹੈ RAMDAS GURU ਇੱਥੇ ਜਮਕ ਜਗ ਤਾਰਨ ਕਉ ਇੱਥੇ ਵਿਸ RAM ਗੁਰ ਜੋਤ ਇੱਥੇ ਜਮਕ ਅਰਜੁਨ ਮਾਹੇ ਧਰੀ ਇਦਾਂ ਇਹ ਪਾਠ ਹੈ ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ ਤਿੰਨ ਕੇ ਦੁਖ ਕੋਟਿਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੂਕ ਹੈ ਰੇ ਮਨ ਭੇਦ ਵਿਭੇਦ ਨਾ ਜਾਣ ਬੀਅਵ ਪ੍ਰਤਿਛ ਰਿਦੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲੀਅਵ ਇਸੇ ਤਰਾਂ ਜਗ ਔਰ ਨਾ ਯਾਹ ਮਹਾਤਮ ਮੈਂ ਯਾਹ ਪਾਠ ਯਈ ਦੇ ਨਾਲ ਹੈ ਕਈ ਸ੍ਰੂਪਾਂ ਚ ਜੱਜੇ ਦਾ ਵੀ ਹੁੰਦਾ ਹੈ ਲੇਕਿਨ ਸੁੱਧ ਦਰਸਤ ਜਿਹੜਾ ਪਾਠ ਹੈ ਯਈ ਦੇ ਨਾਲ ਹੈ ਤੇ ਅਗਲਾ ਪਾਠ ਹੈ ਮਹਾਤਮ ਇਹ ਇਕੱਠਾ ਹੀ ਹੈ ਦੂਸਰਾ ਪਾਠ ਜੋ ਆਉਂਦਾ ਹੈ ਮਹਾ ਤਮ ਮਹਾ ਵਖਰਾ ਤਮ ਵਖਰਾ ਉਹ ਵੀ ਸੁੱਧ ਹੈ ਲੇਕਿਨ ਮੁੱਖ ਜਿਹੜਾ ਪਾਠ ਹੈ ਉਹ ਮਹਾਤਮ ਇਕੱਠਾ ਹੀ ਹੈ ਤੇ ਅੱਗੇ ਹੈ ਮੰਮੀਂ ਦਲਾਵਾ ਮੈਂ ਇਹ ਬਿੰਦੀ ਲਾ ਕੇ ਨਹੀਂ ਬੋਲਣਾ ਮਹਾਤਮ ਇਹਦਾ ਮੰਮਾ ਵਖਰਾ ਮੈਂ ਦਾ ਵਖਰਾ ਇੱਥੇ ਵਿਸਰਾਮ ਅਵਤਾਰ ਉਜਾਗਰ ਇੱਥੇ ਜਮਕ ਆਨ ਕੀਓ ਇਹ ਜਲਦੀ ਨਾਲ ਪੜਨਾ ਹੈ ਕੀਓ ਦਨ ਕੇ ਦੁਖ ਕੋਟਿਕ ਦੂਰ ਗਏ ਇਥੇ ਵਿਸਰਾਮ ਮਥੁਰਾ ਇਥੇ ਜਮਕ ਜਿਨ ਇਕਸ ਕੇ ਅੰਮ੍ਰਿਤ ਨਾਮ ਪੀਓ ਇਹ ਪਦ ਤਤੇ ਇਥੇ ਜਮਕ ਮਤ ਚੂ ਕਹਰੇ ਮਨ ਇਥੇ ਵਿਸਰਾਮ ਭੇਦ ਬ ਭੇਦ ਨਾ ਜਾਣ ਬੀਓ ਪ੍ਰਤਛ ਇਹ ਅੱਦਕ ਲਾਗੇ ਪੜਨੰਦ ਤਤੇ ਉਪਰ ਇਹਨੂੰ ਪ੍ਰਤਛ ਨਹੀਂ ਕਹ ਦੇਣਾ ਪ੍ਰਤਛ ਹਿਰਦੈ ਗੁਰ ਅਰਜੁਨ ਕੈ ਇਥੇ ਵਿਸਰਾਮ ਹਰ ਪੂਰਨ ਬ੍ਰਹਮ ਨਿਵਾਸ ਲੀ ਆਓ ਬਾਕੀ ਪਾਠ ਇਹਦਾ ਹੈ ਜਬ ਲਓ ਨਹੀਂ ਭਾਗ ਲਲਾਰ ਉਦੈ ਤਬ ਲਓ ਭ੍ਰਮਤੇ ਫਿਰਤੇ ਬਹੁਤਾ ਜਾਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮथुरा ਜਗ ਤਾਰਣ ਕਉ ਅਵਤਾਰ ਬਨਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਬ ਲਓ ਇਥੇ ਜਮਕ ਨਹੀਂ ਭਾਗ ਲਲਾਰ ਉਦੈ ਉਦੈ ਪਾਠ ਬੋਲਾ ਹੈ ਇਥੇ ਵਿਸਰਾਮ ਤਬ ਲਓ ਇਥੇ ਜਮਕ ਭ੍ਰਮਤੇ ਫਿਰਤੇ ਬਹੁਤਾਇਓ ਇਹ ਰਤਾਇਓ ਪਛਤਾਇਓ ਬਨਾਇਓ ਇਹ ਬਹੁਤ ਵਾਰੀ ਦੱਸਿਆ ਹੈ ਵੀ ਇਹਦੇ ਜਿਹੜਾ ਯਯਾ ਹੈ ਈੜੀ ਸਿਹਾਰੀ ਐੜੇ ਦੀ ਆਵਾਜ਼ ਵਿੱਚੋਂ ਆਏਗੀ ਇਸ ਤਰ੍ਹਾਂ ਇਹ ਵਜਾਂ ਦੇਣੀਆਂ ਨੇ ਕੱਲ ਇਹ ਪਾਠ ਪੋਲਾ ਹੈ ਕੋਰ ਸਮੁਦਰ ਮੈਂ ਸਮੁਦਰ ਉੱਤਰ ਟਿੱਪੀ ਲਾ ਕੇ ਸਮੁੰਦਰ ਨਹੀਂ ਬਣਾ ਦੇਣਾ ਮੈਂ ਇਹ ਬਿੰਦੀ ਤੋਂ ਬਣਾ ਹੈ ਇੱਥੇ ਜਮਕ ਬੂਡਤ ਅਥੇ ਇੱਥੇ ਵਿਸਰਾਮ ਬੂਡਤ ਪਾਠ ਪੋਲਾ ਹੈ ਇਹਦਾ ਮੀਨਿੰਗ ਹੈ ਅਰਥ ਹੈ ਡੁੱਬਣਾ ਕਬਹੂ ਮਿਟ ਹੈ ਨਹੀਂ ਇੱਥੇ ਜਮਕ ਰੇ ਪਸ਼ਤਾਯੋ ਇਸੇ ਤਰ੍ਹਾਂ ਪਪਾ ਸ਼ਸ਼ੇ ਔਂਕੜ ਤਤੇ ਕਰਨਾ ਈੜੀ ਸਿਹਾਰੀ ਐੜਾ ਊੜੇ ਔਂਕੜ ਪਛਤਾ ਜਾਓ ਇਦਾਂ ਹੀ ਇਹ ਆਵਾਜ਼ ਹੈ ਤਤ ਵਿਚਾਰ ਇੱਥੇ ਜਮਕ ਯਹ ਮਥੁਰਾ ਯਈ ਦੇ ਨਾਲ ਹੈ ਮਥੁਰਾ ਤੇ ਵਿਸਰਾਮ ਜਗ ਤਾਰਨ ਕਉ ਅਵਤਾਰ ਬਨਾ ਜਾਓ ਜਪਿਓ ਇਹ ਜੱਜਾ ਪਪੇ ਦੇ ਪੈ ਚੱਦਾ ਯਈਆ ਹੈ ਇਹ ਸਿਹਾਰੀ ਦੀ ਆਵਾਜ਼ ਆਏਗੀ ਪਪੇ ਨੂੰ ਤੇ ਵਿੱਚੋਂ ਐੜੀ ਦੀ ਆਵਾਜ਼ ਆਉਣੀ ਹੈ ਜਪਿਓ ਜਿਨ ਇੱਥੇ ਕਸ ਕੇ ਪਾਠ ਹੈ ਅਰਜੁਨ ਦੇਵ ਗੁਰੂ ਇੱਥੇ ਵਿਸਰਾਮ ਫਿਰ ਇੱਥੇ ਠਮਕ ਭਾਵ ਕਿ ਥੋੜਾ ਜਿਹਾ ਰੁਕ ਕੇ ਸੰਕਟ ਜੋਨ ਗਰਭ ਫਿਰ ਥੋੜਾ ਰੁਕ ਕੇ ਨਾ ਆ ਜਾਓ ਕਲ ਸਮੁਦਰ ਭਏ ਰੂਪ ਪ੍ਰਗਟ ਹਰ ਨਾਮ ਉਧਾਰਨ ਬਸ ਹੈ ਸੰਤ ਜਿਸ ਰਿਦੈ ਦੁਖ ਦਾ ਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨਾ ਕੋਈ ਮਨ ਬਚ ਜਿਨ ਜਾਣਿ ਆਉ ਭਇਓ ਤਹਿ ਸੰਸਰ ਸੋਈ ਧਰਨ ਗगन ਨਵਖੰਡ ਮਹਿ ਜੋਤ ਸਵਰੂਪੀ ਰਹੈਉ ਪਰ ਭਾਨ ਮथुरा ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਾਖਿ ਹਰ ਕਲ ਇਹ ਵੀ ਪਾਠ ਕੋਲਾ ਸਮਦਰ ਟਿੱਪੀ ਤੋਂ ਬਿਨਾ ਹੈ ਭਇ ਰੂਪ ਇੱਥੇ ਵੀ ਸ੍ਰਾਮ ਪ੍ਰਗਟ ਇੱਥੇ ਜਮਕ ਹਰ ਨਾਮ ਉਧਾਰਨ ਦਾ ਦੀ ਵਾਇ ਦੇਣੀ ਹੈ ਉਤਾਰਨ ਨਹੀਂ ਕਹਿ ਦੇਣਾ ਬਸ ਹੈ ਸੰਤ ਜਿਸ ਹਿਰਦੈ ਇੱਥੇ ਵਿਸਰਾਮ ਦੁਖ ਦਰਿਦਰ ਨਿਵਾਰਨ ਨਿਰਮਲ ਭੇਖ ਅਪਾਰ ਇੱਥੇ ਵਿਸਰਾਮ ਤਾਸ ਬਿਨ ਅਵਰ ਥੋੜਾ ਰੁਕ ਕੇ ਨਾ ਕੋਈ ਇਹ ਵਖਰਾ ਪੜਨਾ ਹੈ ਮਨ ਬਚ ਜਿਨ ਜਾਣਿਓ ਇੱਥੇ ਵਿਸਰਾਮ ਭਜੋ ਤਹ ਸੰਸਰ ਸੋਈ ਸੰਸਰ ਪਾਠ ਹੈ ਤਰਨ ਗगन ਇੱਥੇ ਜਮਕ ਨਵਖੰਡਮ ਹੈ ਇੱਥੇ ਵਿਸਰਾਮ ਜੋਤ ਸਵਰੂਪੀ ਰਹਿਓ ਪਰ ਸਸੇ ਦੇ ਪੈਰ ਚ ਵਾਵਾ ਹੈ ਇਹਦੀ ਆਵਾਜ਼ ਸਸੇ ਔਂਕੜ ਐੜਾ ਇਸ ਤਰ੍ਹਾਂ ਆਉਣੀ ਹੈ ਸਵਰੂਪੀ ਰਹਿਓ ਪਰ ਭਨ ਇਹ ਪਾਠ ਬੋਲਾ ਮथुरा ਦੇ ਉਤੇ ਜਮਕ ਕਛ ਭੇਦ ਨਹੀਂ ਇੱਥੇ ਵੀ ਸ੍ਰਾਮ ਗੁਰ ਅਰਜੁਨ ਪ੍ਰਤੱਖ ਹਰ ਪ੍ਰਤੱਖ ਐੜਾ ਪਾਠ ਹੈ ਕਕੇ ਦੇ ਪੈਰ ਚ ਅੱਧਾ ਜਈਆ ਹੈ ਇਹ ਸਿਹਾਰੀ ਤੇ ਐੜੀ ਦੀ ਆਵਾਜ਼ ਆਉਣੀ ਹੈ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ ਨਿਤ ਪੁਰਾਣ ਬਾਚਿ ਇਹ ਬੇਦ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲੀਓ ਗੁਰ ਅਰਜੁਨ ਸਿਰ ਛੱਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰੂ ਰਾਮਦਾਸ ਹਰਿ ਪਹਿ ਗਇਓ ਹਰ ਬੰਸ ਜਗਤ ਜਸ ਸੰਚਰਿਓ ਸੋ ਗਵਣ ਕਹੈ ਸ੍ਰੀ ਗੁਰਮਯਉ ਅਜੈ ਇਹ ਪਾਠ ਜਿਹੜਾ ਹੈ ਇਹਨੂੰ ਅੱਜਾ ਨਹੀਂ ਕਹ ਦੇਣਾ ਅਜੈ ਬੋਲਣਾ ਹੈ ਐੜਾ ਤੇ ਜਜੇ ਦੇ ਦਲਾਵਾਂ ਦੇ ਵਿੱਚ ਘਾਰ ਥੋੜਾ ਜਿਹਾ ਗੈਬ ਦੇ ਕੇ ਲਮਕਾ ਕੇ ਬੋਲਣਾ ਤੇ ਪੁਲਾ ਉਚਾਰਨ ਕਰਨਾ ਹੈ ਅਜੈ ਗੰਗ ਜਲ ਅਟਲ ਇੱਥੇ ਵਿਸਰਾਮ ਸਿੱਖ ਸੰਗਤ ਸਭ ਨਹਾਵੇ ਇਹ ਨਹਾਵੇ ਨਹਾਉਣ ਦੀ ਗੱਲ ਹੈ ਭਾਰਾ ਬੋਲਣਾ ਹੈ ਨਿਤ ਪੁਰਾਨ ਬਾਚਿਆ ਹੈ ਇੱਥੇ ਵਿਸਰਾਮ 베ਦ ਇੱਥੇ ਜਮਕ ਬ੍ਰਹਮਾ ਮੁਖ ਗਾਵੈ ਅਜੈ ਚਵਰ ਸਿਰ ਢੁਲੈ ਇੱਥੇ ਵਿਸਰਾਮ ਬਾਕੀ ਪਾਠ ਉਸੇ ਤਰ੍ਹਾਂ ਗੁਰ ਅਰਜਨ ਸਿਰ ਛਤਰ ਇਹ ਛਤਰੋ ਪਾਠ ਤਤੇ ਦੇ ਪੈਰ ਚ ਰਾਰਾ ਦੇ ਔਂਕੜ ਦੀ ਆਵਾਜ਼ ਦੇਣੀ ਹੈ ਛਤਰ ਇੱਥੇ ਵਿਸਰਾਮ ਮਿਲ ਨਾਨਕ ਇੱਥੇ ਜਮਕ ਅੰਗਦ ਅਮਰ ਗੁਰ ਇੱਥੇ ਵਿਸਰਾਮ ਗੁਰੂ ਰਾਮਦਾਸ ਫਿਰ ਜਮਕ ਹਰ ਪਹਿ ਗਇਓ ਹਰ ਬੰਸ ਇੱਥੇ ਜਮਕ ਜਗਤ ਜਸ ਸੰਚਰਿਓ ਇਹ ਪੈਰ ਚ ਰਾਰੇ ਦੇ ਰਾਰੇ ਦੇ ਪੈਰ ਚਦਾ ਜਈਆ ਹੈ ਇਸੇ ਤਰ੍ਹਾਂ ਸਸੇ ਟਿੱਪੀ ਚੱਚਾ ਰਾਰੇ ਸਿਹਾਰੀ ਐੜਾ ਉੜੇ ਔਂਕੜ ਇੱਥੇ ਵਿਸਰਾਮ ਇਸੇ ਤਰ੍ਹਾਂ ਮਯਾਉ ਪਾਠ ਹੈ ਉੜੇ ਔਂਕੜ ਦੀ ਬਾਜ ਹੈ ਐੜਾ ਪਹਿਲਾਂ ਲੱਗਣਾ ਹੈ ਐੜਾ ਉੜੇ ਔਂਕੜ ਦੀ ਬਾਜ ਹੈ ਦੇਵ ਪੁਰੀ ਮਹਿ ਗਯਉ ਆਪ ਪਰਮੇਸ਼ਵਰ ਭਾਯਉ ਹਰ ਸਿੰਘਾਸਣ ਦੀਯਉ ਸ੍ਰੀ ਗੁਰੂ ਤਹੈ ਬਿਠਾਇਆ ਰਹਿਸ ਕੀਆਉ ਸੁਰਦੇਵ ਤੋਹ ਜਸ ਜੈ ਜੈ ਜੰਪ ਹੈ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ ਕਾਟੇ ਸੋ ਪਾਪ ਤਿਨ ਨਰਹੁ ਕੀ ਗੁਰ ਰਾਮਦਾਸ ਜਿਨ ਪਾਇਆ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜੁਨ ਕਾਉ ਦੇ ਆਇਆ ਇਸੇ ਤਰਾਂ ਦੇਵ ਪੁਰੀ ਮਹ ਗਯੋ ਇਥੇ ਵਿਸਰਾਮ ਆਪ ਪਰਮੇਸ਼ਵਰ ਭਾਯੋ ਇਹ ਜਿਹੜਾ ਸਸੇ ਦੇ ਪੈਰ ਚ ਬਾਵਾ ਹੈ ਸਸੇ ਔਂਗੜ ਐੜੇ ਦੀ ਆਵਾਜ਼ ਆਉਣੀ ਹੈ ਪਰਮੇਸ਼ਵਰ ਭਾ ਜਾਓ ਹਰ ਸਿੰਘਾਸਣ ਦੀ ਆਓ ਇਥੇ ਵਿਸਰਾਮ ਰਹਿ ਸਕੀ ਆਓ ਸੁਰ ਦੇਵ ਇਹ ਬਾਠ ਵਖਰੇ ਵਖਰੇ ਹਨ ਇਥੇ ਵਿਸਰਾਮ ਇਹਨੂੰ ਰਹਾਸ ਨਹੀਂ ਪੜ ਦੇਣਾ ਤੋਹੇ ਜਸ ਇਥੇ ਜਮਕ ਜੱਜਾ ਤੇ ਯਈਆ ਇਹ ਜੱਜੇ ਦੇ 드라마 ਬਣ ਜਾਣੀਆਂ ਹਨ ਇਹ ਪਾਠ ਬੋਲਿਆ ਜਾਣਾ ਹੈ ਜੈ ਜੈ ਜੰਪ ਹੈ ਇਸ ਤਰ੍ਹਾਂ ਇਹ ਪਾਠ ਹੈ ਅਸੁਰ ਇਹਨੂੰ ਅਸੁਰ ਨਹੀਂ ਪੜਨਾ ਅਸੁਰ ਗਏ ਤੇ ਭਾਗ ਇੱਥੇ ਵਿਸਰਾਮ ਪਾਪ ਤਿੰਨ ਭੀਤਰ ਕੰਪ ਹੈ ਕਾਟੇ ਸੋ ਪਾਪ ਇੱਥੇ ਜਮਕ ਤਿੰਨ ਨਰ ਹੋ ਕੇ ਤਿੰਨ ਪਾਠ ਕਸ ਕੇ ਕੇ ਦੇ ਉੱਤੇ ਵਿਸਰਾਮ ਗੁਰੂ ਰਾਮਦਾਸ ਇੱਥੇ ਜਮਕ ਜਿਨ ਇਹ ਕਸ ਕੇ ਪਾਇਆ ਹੋ ਅਕੇਲੀ ਪੰਕਤੀ ਵਿੱਚ ਛਤਰ ਸਿੰਘਾਸਣ ਪ੍ਰਥਮੀ ਇਹ ਪ੍ਰਥਮੀ ਪਾਠ ਹੈ ਇੱਥੇ ਵਿਸਰਾਮ ਜੇ ਪ੍ਰਥਮੀ ਪਾਠ ਪੜੋਗੇ ਤਾਂ ਫਿਰ ਪੱਪੇ ਦੇ ਪੈਰ ਦੇ ਵਿਚਾਰ ਰਹਾਉਣਾ ਚਾਹੀਦਾ ਹੈ ਜਦੋਂ ਪੈਰ ਚੜਾ ਰਹਾ ਹੋਵੇ ਫਿਰ ਪ੍ਰਥਮੀ ਬਣਦਾ ਹੈ ਲੇਕਿਨ ਰਹਾ ਰਹਾ ਪੂਰਾ ਹੈ ਪ੍ਰਥਮੀ ਇਦਾਂ ਹੀ ਆਵਾਜ਼ ਹੈ ਇੱਥੇ ਵਿਸਰਾਮ ਗੁਰ ਅਰਜੁਨ ਕਹੋ ਇੱਥੇ ਜਮਕ ਦੇ ਆਇਆਓ ਇਦਾਂ ਇਹ ਪਾਠ ਹਨ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੋ ਇਹ ਜੋ ਪਟਾਵਲੋਂ ਚਾਣ ਕੀਤੇ ਹਨ ਗੁਰੂ ਸਾਹਿਬਾਨਾ ਦੇ ਸ਼ੋਭਾ ਦੇ ਵਿੱਚ ਮਹਿਮਾ ਦੇ ਵਿੱਚ ਆਪ ਜੀ ਨੇ ਉਹਨਾਂ ਦੀ ਸੰਖਿਆ ਪ੍ਰਾਪਤ ਕੀਤੀ ਹੈ ਇਸੇ ਤਰ੍ਹਾਂ ਮਹਾਰਾ ਸੇਵਾ ਲੈਂਦੇ ਰਹਿਣ ਸੰਗਤਾਂ ਨੇ ਅਰਦਾਸ ਕਰਨੀ ਹੈ ਚੜ੍ਹਦੀ ਕਲਾ ਦੇ ਨਾਲ ਹੋਰ ਵੀ ਸਵਾਮਾ ਮਹਾਰਾਜ ਇਸ ਤਰ੍ਹਾਂ ਲੈ ਲੈਣ ਸੋ ਇਸੇ ਤਰ੍ਹਾਂ ਆਪ ਜੀ ਨੇ ਬੜੀ ਲਗਨ ਤੇ ਮਿਹਨਤ ਦੇ ਨਾਲ ਇਸ ਸਵਾਮਾ ਦਾ ਲਾਹਾ ਪ੍ਰਾਪਤ ਕਰਨਾ ਹੈ ਤੇ ਹੋਰ ਸੰਗਤਾਂ ਨੂੰ ਵੀ ਇਹ ਲਾਹਾ ਜਿਹੜਾ ਹੈ ਇਲਾ ਸਕਣ ਇਹ ਗਾ ਸ਼ੇਅਰ ਕਰਨਾ ਹੈ ਇੱਥੇ ਹੀ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ